ਗੁਰ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੀਏ ਜੀ, ਬੁਲਾਈਏ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਤੋਂ ਪਹਿਲਾਂ ਇੱਕ ਸ਼ੇਰ ਪੇਸ਼ ਕਰ ਰਹੀ ਹਾਂ, ਜੋ ਕਿ ਮੇਰੇ ਪਿਤਾ ਜੀ ਦੁਆਰਾ ਲਿਖਿਆ ਹੋਇਆ ਹੈ। ਅਸੀਂ ਇਸ ਪਕਸ਼ ਕੇ ਨਿਵਾਜਨਾ ਕਿ ਇਹ ਗੱਲ ਹੈ ਗੜੀ ਚਮਕੌਰ ਵਾਲੀ, ਕਿ ਇਹ ਗੱਲ ਹੈ ਉਹ ਗੜੀ ਚਮਕੌਰ ਵਾਲੀ, ਜੰਝ ਪੁੱਤਰਾਂ ਦੀ ਉਹ ਮਹਿ ਚੜ੍ਹਾਉਣ ਲੱਗਾ, ਤੇ ਅਕਾਲ ਪੁਰਖ ਦਾ ਉਹ ਜੋ ਹੁਕਮ ਆਇਆ, ਕਿ ਅਕਾਲ ਪੁਰਖ ਦਾ ਉਹ ਜੋ ਹੁਕਮ ਆਇਆ, ਉਹ ਹੁਕਮ ਉਹ ਹੈ ਰੱਬੀ, ਉਹ ਮੈਂ ਵਜਾਉਣ ਲੱਗਾ, ਕਿ ਸਵਾ ਲੱਖਾਂ ਦੇ ਨਾਲ ਲੜਾਉਣ ਵਾਲਾ, ਕਿ ਸਵਾ ਲੱਖਾਂ ਦੇ ਨਾਲ ਉਹ ਲੜਾਉਣ ਵਾਲਾ ਇਸ ਜੰਗ 'ਚ ਕਰਿਸ਼ਮਾ ਵਿਖਾਉਣ ਲੱਗਾ, ਕਿ ਸਿੱਖਾਂ ਉੱਤੋਂ ਉਹ ਵੀਰ, ਕਿ ਸਿੱਖਾਂ ਉੱਤੋਂ ਉਹ ਵੀਰ ਪੁੱਤ ਵਾਰ ਕੇ ਮੈਂ, ਕਿ ਸਿੱਖਾਂ ਉੱਤੋਂ ਉਹ ਵੀਰ ਉਹ ਪੁੱਤ ਵਾਰ ਕੇ ਮੈਂ ਨਵਾਂ ਚੰਨ ਕੁਰਬਾਨੀ ਦਾ ਚਾਹੁਣ ਲੱਗਾ। ਗੁਰ ਪਿਆਰੀ ਸਾਧ ਸੰਗਤ ਜੀ, ਹੁਣ ਮੈਂ ਆਪ ਜੀ ਦੇ ਸਾਹਮਣੇ ਆਪਣੀ ਕਵਿਤਾ ਰੱਖਣ ਜਾ ਰਹੀ ਹਾਂ, ਜੋ ਕਿ ਇਹ ਕਵਿਤਾ ਸਾਡੇ ਬਹੁਤ ਪਿਆਰੇ ਉਸਤਾਦ, ਹਰਮਨ ਪਿਆਰੇ ਉਸਤਾਦ ਸਰਦਾਰ ਗੁਰਦਿਆਲ ਸਿੰਘ ਨਿਮਰ ਜੀ ਦੀ ਹੈ, ਅਤੇ ਮੇਰੀ ਕਵਿਤਾ ਦਾ ਵਿਸ਼ਾ ਹੈ ਕਿ ਲਾੜੀ ਮੌਤ ਨੂੰ। ਉਸਤਾਦ ਜੀ ਅਸ਼ੀਸ਼ ਬਖਸ਼ਣਾ ਕਿ ਨਹੀਂ ਉਹ ਰਾਜ ਦੇ ਭਾਗ ਮਨਜ਼ੂਰ ਤੇਰਾ, ਕਿ ਨਹੀਂ ਉਹ ਰਾਗ ਤੇ ਭਾਗ ਮਨਜ਼ੂਰ ਤੇਰਾ, ਸਮਾਂ ਅਣਖ ਦੀਆਂ ਓਏ ਅੱਜ ਰੋਸ਼ਨਾਉਣ ਆਏ, ਚੁੱਕਣੇ ਨਹੀਂ ਉਹ ਦਸ਼ਮੇਸ਼ ਦੇ ਸਹਿਬਜ਼ਾਦੇ, ਲਾੜੀ ਮੌਤ ਨੂੰ ਅੱਜ ਪ੍ਰਣਾਉਣ ਆਏ, ਕਿ ਕਸਮਾਂ ਪਾ ਕੇ ਕਸਮ ਜੇ ਤੋੜਨੀ ਹੈ, ਕਿ ਕਸਮਾਂ ਪਾ ਕੇ ਅਜੇ ਕਸਮ ਤੋੜਨੀ ਹੈ, ਕਸਮਾਂ ਝੂਠੀਆਂ ਪਹੁੰਚਣ ਦੀ ਲੋੜ ਕੀ ਹੈ, ਕਿ ਫੌਜ ਰੋਕ ਕੇ ਫੌਜ ਫਿਰ ਚਾੜ ਦੇਣੀ, ਕਿ ਫੌਜ ਰੋਕ ਕੇ ਫੌਜ ਫਿਰ ਚਾੜ ਦੇਣੀ, ਐਸੀ ਫੌਜ ਉਹ ਰੁਕਵਾਉਣ ਦੀ ਲੋੜ ਕੀ ਹੈ, ਕਿ ਇਹਨਾਂ ਇੱਕ ਪਾਸੇ ਫਤਵੇ ਇੱਕ ਪਾਸੇ, ਕਿ ਇਹਨਾਂ ਇੱਕ ਪਾਸੇ ਫਤਵੇ ਇੱਕ ਪਾਸੇ, ਫਿਰ ਝੂਠੇ ਉਹ ਦਰਦ ਵੰਡਾਉਣ ਦੀ ਲੋੜ ਕੀ ਹੈ, ਕਿ ਜਿਹਨੂੰ ਪੀਰ ਬਣਾਉਣ ਲਈ ਕੋਈ ਸੋਚੇ, ਕਿ ਜਿਹਨੂੰ ਉਹ ਪੀਰ ਬਣਾਉਣ ਲਈ ਕੋਈ ਸੋਚੇ, ਐਸ ਠੰਡੇ ਬੁਰਜ ਟਕਵਾਉਣ ਦੀ ਲੋੜ ਕੀ ਹੈ, ਕਿ ਸਾਡੇ ਦਾਦਿਆਂ ਬਾਬਿਆਂ ਪਿਰਤ ਪਾਈ, ਕਿ ਸਾਡੇ ਦਾਦਿਆਂ ਉਹ ਬਾਬਿਆਂ ਪਿਰਤ ਪਾਈ, ਉਸੇ ਪਿਰਤ ਨੂੰ ਓਏ ਅਸੀਂ ਨਿਭਾਉਣ ਆਏ, ਚੁੱਕਣੇ ਨਹੀਂ ਉਹ ਦਸ਼ਮੇਸ਼ ਦੇ ਸਹਿਬਜ਼ਾਦੇ, ਲਾੜੀ ਮੌਤ ਨੂੰ ਅੱਜ ਪ੍ਰਣਾਉਣ ਆਏ,
कि पहला नमक हराम से होया गंगू, कि पहला नमक हराम से होया गंगू, पढ़ के अपना वो दगा कमाया उसने, राती लुट के वो हीरियां पनिया नू, कि राती लुट के वो हीरियां पनिया नू, उल्टा दोष भी वो साडे ते लाया उसने, कि भाई मान हो गया वो पलाई अंदर, कि भाई मान हो गया वो पलाई अंदर, नाल धोखियां वो सानू फड़वाया उसने, कि लून गुरा दे घरां चो वो रिहा खांदा, कि लून गुरा दे घरां चो वो रिहा खांदा, आखिर लून दा मुल पाया उसने। सानू ठंडड़े बुर्ज नी ठार सकना, सानू ठंडड़े बुर्ज ओ नहीं ठार सकना, ठंडा ठंडड़े बुर्ज नू ओ असी पौने आए, चुकने नहीं ओ दशमेश दे सहबजादे, लाड़ी मौत नू अज प्रणाने आए, कि चढ़िया दिन इतिहास दा शाह काला, कि चढ़िया दिन ओ इतिहास दा शाह काला, योदे नीहा दे विच ओ खलो गए ने, फतवा वख ओ संसार तो जालमा दा, सीने सुन ओ संसार ते हो गए ने, कि कहरी हाकमा अंत दा कहर टाया, कहरी हाकमा ओ कहर दा अंत टाया, जापे अरश अते फर्श भी ओ रो पए ने, कि जापे अरश अते फर्श भी ओ रो पए ने, आखिर गुरु ओ दशमेश दे शेर दूले, आखिर ओ गुरु ओ दशमेश दे शेर दूले, गरजे नीहा दे विच समो गए ने, कि निमर आखरी फतेह संदेश दे गए, कि निमर आखरी फतेह संदेश दे गए, किले पंथ दे वो असी बनोने आए, कि निमर आखरी फतेह संदेश दे गए, कि किले असी वो पंथ दे बनोने आए, चुकड़े नहीं वो दशमेश दे सहबजादे, लाड़ी मौत नू अज प्रणाने आए, कि लाड़ी मौत नू अज प्रणाने आए, इन्नी सेवा प्रवान करनी जी, बुलाओ जी फतेह, वाहिगुरु जी का खालसा, वाहिगुरु जी की फतेह।